ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ। ਬਾਣੀ ਅਤੇ ਕ੍ਰਿਸਚੈਨਿਟੀ ਅਤੇ ਰੀਅਲ ਇਸਲਾਮ ਦਾ ਪ੍ਰਚਾਰ ਕਰਦਾ ਹੈਗਾ। ਇੱਥੇ ਮੈਂ ਵਿਆਖਿਆ ਕਰ ਰਿਹਾ ਹੈਗਾ ਸਤਿਗੁਰੂ ਅਮਰਦੇਵ ਜੀ ਦੇ ਸਲੋਕਾਂ ਦੀ। ਸਤਿਗੁਰੂ ਅਮਰਦੇਵ ਜੀ ਦੇ ਜਿਹੜੇ ਸੀ ਸਿੱਖ, ਉਹਨਾਂ ਨੇ ਹੋਮੇ ਮਾਰੀ ਹੋਈ ਸੀਗੀ। ਹੋਮੇ ਮਾਰ ਕੇ ਉਹਨਾਂ ਨੂੰ ਸਤਿਗੁਰੂ ਅਮਰਦੇਵ ਜੀ ਦੇ ਹੱਥ ਫੜਾਇਆ ਸੀ। ਉਹਨਾਂ ਨੇ ਫਿਰ ਉਹਨਾਂ ਦੀ ਦੁਬਿਧਾ ਮਾੜੀ ਅਤੇ ਉਹਨਾਂ ਨਾਲੇ ਦੱਸਿਆ ਵੀ ਸਤਿਗੁਰੂ ਦੇ ਆਪਣੇ ਅਕਾਲ ਪੁਰਖ ਦੀ ਮਾਇਆ ਕਿੱਦਾਂ ਲੁੱਟੀ ਦੀ ਹੈਗੀ, ਉਹਦਾ ਅਕਾਲ ਪੁਰਖ ਫਿਰ ਹੈਗਾ ਉਹਦੇ ਨਾਲ ਕਿੱਦਾਂ ਰਲੀਆਂ ਮਲੀਆਂ ਅਤੇ ਉਹਦੇ ਨਾਲ ਇੱਕ ਮਿੱਕ ਹੋਈ ਦਾ ਹੈਗਾ। ਹੋਮੇ ਮਾਰੇ ਮੋਈਏ, ਉਹ ਫਿਰ ਜਿਹੜਾ ਨਾ ਉਹ ਸਿਆ ਦਿੰਦੇ ਹੁਣ ਸਿਆਣਪ ਸਿਆਣਪ ਦੀ ਗੱਲ ਕਿ ਹੋਮੇ ਮਾਰੇ ਮੋਈਏ ਮੋਈਏ ਉਹ ਹੈਗੀ ਜਿਹਨੇ ਆਪਣੀ ਹੋਮੇ ਮਾਰੀ ਹੋਵੇ। ਸਤਿਗੁਰੂ ਅੰਗਦ ਦੇਵ ਜੀ ਨੇ ਹੋਮੇ ਮਾਰੀ ਸੀ ਨਾ ਲੋਕਾਂ ਦੀ, ਉਹਨਾਂ ਨੂੰ ਕੁਸ਼ਤੀਆਂ ਖਿਲਾਉਂਦੇ ਸੀ, ਉਹ ਉਹਨਾਂ ਦੇ ਭਾਂਡੇ ਤੋੜ ਦਿੰਦੇ ਸੀਗੇ ਜਿਹੜੇ ਮੁਹੰਮਡਾਂ ਦੇ ਸੀਗੇ ਮੁੰਡੇ ਅਤੇ ਸ਼ੈਤਾਨਾਂ ਦੇ, ਅਤੇ ਉਹਨਾਂ ਨੇ ਉਹਨਾਂ ਨੂੰ ਕੌੜਾ ਬਚਣੀ ਸੀ ਬੋਲਦੇ ਹੁੰਦੇ, ਅਤੇ ਉਹ ਬਿਸ਼ਾਈ ਦੀ ਪਲਵਾਨ ਸਨ, ਸਭ ਕੁਝ ਸਨ, ਕਿਸੇ ਦੇ ਹੱਥ ਨਹੀਂ ਚੱਕਿਆ। ਜੇ ਕੋਈ ਨੂੰ ਮਾਰਦਾ ਸੀ ਦੂਜੀ ਗੱਲ ਕਰ ਦਿੰਦੇ ਸੀਗੇ, ਅਤੇ ਇੱਦਾਂ ਦੀ ਉਹਨਾਂ ਨੇ ਹੋਮੇ ਆਪਣੀ ਮਾਰੀ ਸੀ, ਆਪਣੇ ਆਪ ਨੂੰ ਮਾਰਿਆ ਹੋਇਆ ਸੀ। ਅਕਾਲ ਪੁਰਖ ਦਾ ਭਾਣਾ ਕਹਿੰਦੇ ਸੀ ਇਹ ਸਭ ਚੱਲ ਰਿਹਾ ਹੈਗਾ, ਅਤੇ ਇਸ ਕਰਕੇ ਉਹ ਜਿਹੜੇ ਸੀਗੇ ਨਿਆਰੇ ਹੋਏ, ਜਿਨ੍ਹਾਂ ਨੂੰ ਸੁਰਤੀ ਜਿਹਨਾਂ ਦੀ ਸੀਗੀ ਅਕਾਲ ਪੁਰਖ ਨੇ ਦਿੱਤੀ ਹੋਈ, ਉਹ ਸੀਗੀਆਂ ਮੋਈਆਂ। ਹੋਮੇ ਮਾਰੇ ਮੋਈਏ ਤੂੰ ਚੱਲ ਗੁਰ ਕੇ ਪਾਏ, ਗੁਰ ਹੈਗਾ ਸਤਿਗੁਰ ਕੇ ਪਾਏ, ਜਿਹੜਾ ਅੰਦਰ ਹੈਗਾ ਨਾ ਤੁਹਾਡੇ ਅੰਤਰ ਸਤਿਗੁਰੂ ਰਾਭੀਏ ਅਰਾਧੀਏ ਜੀਵਾ ਜਪੇ ਨਾਮ। ਅੰਤਰ ਆ ਹਰਿਮੰਦਰ ਹੈਗਾ ਨਾ, ਇਹ ਹਰਿਮੰਦਰ ਦੇ ਵਿੱਚ ਜਿਹੜਾ ਬੈਠਾ ਉਹ ਸਤਿਗੁਰੂ ਹੈਗਾ। ਉਹ ਕਹਿੰਦੇ ਬਈ ਸਤਿਗੁਰੂ ਅਮਰਦੇਵ ਜੀ ਕਹਿੰਦੇ ਤੁਸੀਂ ਸਤਿਗੁਰੂ ਦੇ ਭਾਣੇ ਚੱਲੋ, ਚੱਲ ਗੁਰ ਕੇ ਭਾਏ, ਸਤਿਗੁਰੂ ਕੇ ਭਾਏ, ਹਰ ਵਾਰ ਰਵੇ ਸਦਾ ਮੋਈਏ। ਉਹ ਅਕਾਲ ਪੁਰਖ ਦੇ ਜਿਹੜਾ ਨਾ ਉਹਦੇ ਨਾਲ ਤੁਸੀਂ ਇੱਕ ਮਿਕ ਰਹਿੰਦੇ ਹਰ ਵਾਰ, ਉਹ ਤੁਹਾਨੂੰ ਖਸਮ ਮਿਲ ਜਾਂਦਾ, ਵਾਰ ਮਿਲ ਜਾਂਦਾ ਹੈਗਾ, ਆਦਮੀ ਤੁਹਾਡਾ ਬਣ ਜਾਂਦਾ, ਅਤੇ ਉਹਦੇ ਨਾਲ ਫਿਰ ਤੁਸੀਂ ਰਵੇ ਯਾਨੀ ਕਿ ਮਿਲੇ ਰਹੋ ਸਦਾ ਮੋਈਏ, ਸਦਾ ਹਮੇਸ਼ਾ ਹੋਮੇ ਮਾਰ ਕੇ ਰੱਖੀਏ, ਨਿੱਜ ਘਰ ਵਾਸਾ ਪਾਏ। ਨਿੱਜ ਘਰ ਹੈਗਾ ਆਪਣਾ ਅਕਾਲ ਪੁਰਖ ਦੇ ਘਰ, ਉੱਥੋਂ ਸਾਡੀ ਰੂਹ ਆਉਂਦੀ ਹੈਗੀ, ਉੱਥੇ ਹੀ ਜਾਂਦੀ ਹੈਗੀ, ਉਹਦੇ ਘਰ ਵਿੱਚ ਜਾ ਕੇ ਅਸੀਂ ਫਿਰ ਆਪਣਾ ਵਾਸਾ ਪਾ ਲੈਂਦੇ ਹਾਂ। ਨਿੱਜ ਘਰ ਵਾਸਾ ਪਾਏ ਸ਼ਬਦ ਵਜਾਏ ਸਦਾ ਸੁਹਾਗਣ ਨਾਰੀ, ਉਹਦੇ ਘਰ ਵਾਸਾ ਜਦੋਂ ਪੈ ਜਾਂਦਾ ਫਿਰ ਤੁਸੀਂ ਸ਼ਬਦ ਉਹਦਾ ਪਤਾ ਲੱਗਦਾ ਵਾਸੇ ਦਾ, ਜਦੋਂ ਤੁਸੀਂ ਬਾਣੀ ਉਚਾਰਦੇ ਹਾਂ ਸ਼ਬਦ ਬੋਲਦੇ ਹੈਗੇ ਆ ਵਜਾਉਂਦੇ ਹੈਗੇ ਆ, ਸਦਾ ਸੁਹਾਗਣ ਨਾਰੀ ਤਾਂ ਤੁਸੀਂ ਹਮੇਸ਼ਾ ਸੁਹਾਗਣ ਰਹਿੰਦੇ ਹੈਗੇ ਆ। ਯਾਨੀ ਕਿ ਜਿਹੜੇ ਬਾਬੇ ਬੂਬੇ ਹੈਗੇ ਨੇ ਜਦੋਂ ਤੁਸੀਂ ਉਹਨਾਂ ਦੇ ਮਗਰ ਲੱਗ ਜਾਂਦੇ ਹੋ ਫਿਰ ਤੁਸੀਂ ਬਣ ਜਾਂਦੇ ਕਮਜਾਤਾ, ਅਤੇ ਇਸ ਕਰਕੇ ਬਾਬਿਆਂ ਨੇ ਨਹੀਂ ਤੁਹਾਡਾ ਹਿਸਾਬ ਕਿਤਾਬ ਅਕਾਲ ਪੁਰਖ ਨੂੰ ਦੇਣਾ, ਤੁਸੀਂ ਖੁਦ ਦੇਣਾ ਹੈਗਾ।
ਜੇ ਖੁਦ ਦੇਣਾ ਤਾਂ ਤੁਸੀਂ ਫਿਰ ਸੁਹਾਗਣ ਬਣੀ ਰਹੋ, ਸੋਲੀਟਰੀ ਨਿਆਰਿਆ। ਫਿਰ ਰੜਿਆਲਿਆ, ਫਿਰ ਰੜਿਆਲਾ ਜੋਬਨ ਬਾਲਾ, ਉਹ ਜਿਨ੍ਹਾਂ ਨੇ ਆਪਣਾ ਪਿਰ ਦੇ ਨਾਲ ਖਸਮ ਦੇ ਨਾਲ ਮਿਲ ਗਈਆਂ ਹੋਮੇ ਮਾਰ ਕੇ, ਜੋਬਨ ਬਾਲਾ ਉਹ ਬਹੁਤ ਜੋਬਨ ਹੈਗਾ ਵੀ ਬਹੁਤ ਖੂਬਸੂਰਤ ਹੈਗੀਆਂ, ਜਿੱਦਾਂ ਕਿ ਇੱਕ ਜਵਾਨ ਲੜਕੀ ਹੁੰਦੀ ਹੈਗੀ। ਆਉਂਦੇ ਕੰਤ ਸਵਾਰੀ, ਉਹਨੂੰ ਫਿਰ ਜਿਹੜਾ ਹੈਗਾ ਅਕਾਲ ਪੁਰਖ ਉਹਨੂੰ ਸਵਾਰਦਾ ਹੈਗਾ, ਯਾਨੀ ਉਹਨੂੰ ਸਿੱਧੇ ਰਾਹ ਪਾਉਂਦਾ ਹੈਗਾ ਆਪਣੇ ਸ਼ਬਦ ਰਾਹੀਂ। ਹਰ ਵਾਰ ਸੁਹਾਗਿਓ ਮਸਤਕ ਬਾਗੋ, ਹਰ ਵਾਰ ਜਿਹੜਾ ਹੈਗਾ ਅਕਾਲ ਪੁਰਖ ਦਾ ਵਾਰ ਜਿਹੜਾ ਸੁਹਾਗ ਜਿਹੜਾ ਹੈਗਾ ਉਹਦੇ ਨਾਲ ਮਿਲਣ ਦਾ, ਉਹ ਜੇ ਮਸਤਕ 'ਚ ਹੈਗਾ ਤਦ ਤੁਹਾਨੂੰ ਭਾਗਾਂ 'ਚ ਮਿਲਦਾ ਹੈਗਾ। ਸੱਚੇ ਸ਼ਬਦ ਸੁਹਾਏ, ਉਹ ਜਿਹੜਾ ਤੁਸੀਂ ਸੱਚਾ ਸ਼ਬਦ ਬੋਲੋਗੇ ਨਾ, ਗੁਰਮੁਖ ਬਣ ਕੇ ਅਕਾਲ ਪੁਰਖ ਦਾ ਪ੍ਰਚਾਰ ਕਰੋਗੇ ਤਾਂ ਤਦ ਤੁਹਾਨੂੰ ਸੁਹਾਉਂਦਾ ਹੈਗਾ। ਅਤੇ ਉੱਦਾਂ ਨਹੀਂ ਸੁਹਾਉਂਦਾ ਵੀ ਤੁਸੀਂ ਉਹ ਬਈ ਉੱਦਾਂ ਹੀ ਤਾਰੀਫਾਂ ਕਰੀ ਜਾਓ। ਨਾਨਕ ਕੰਮ ਨੇ ਹਰ ਰੰਗੇ, ਰਾਤੀ ਰਾਤੀ ਜਾ ਚਲੇ ਸਤਿਗੁਰੂ ਪਾਏ। ਨਾਨਕ ਕੰਮ ਨੇ ਹਰ ਰੰਗੀ, ਉਹ ਹਰ ਦੇ ਅਕਾਲ ਪੁਰਖ ਦੇ ਰੰਗ ਨਾਲ ਰੰਗੀ ਜਾਂਦੀ ਹੈਗੀ, ਉਹ ਰਾਤੀ ਰੰਗੀ ਜਾਂ ਰੰਗੀ ਰੰਗੇ ਰਾਤੀ ਉਹ ਰੰਗੀ ਜਾਂ ਜਦੋਂ ਉਹ ਸਤਿਗੁਰੂ ਦੇ ਪਾਏ ਦੇ ਚੱਲੇ, ਸਤਿਗੁਰੂ ਜੋ ਕਹਿੰਦਾ ਉਸ ਪਾਏ ਚੱਲੇ। ਹੁਣ ਸਤਿਗੁਰੂ ਇਹ ਹੈਗਾ ਹਰਿਮੰਦਰ, ਆ ਸਰੀਰ, ਅਤੇ ਇਹ ਸਰੀਰ ਹੈਗਾ ਹਰਿਮੰਦਰ, ਅਤੇ ਇਹਦੇ ਅੰਦਰ ਜਿਹੜਾ ਬੈਠਾ ਨਾ ਉਹ ਹੈਗਾ ਸਤਿਗੁਰੂ। ਸਤ ਅੰਤਰ ਸਤਿਗੁਰੂ ਰਾਬੀਏ ਅਰਾਧੀਏ ਜੀਵਾ ਜਪੇ ਨਾਮ। ਅਤੇ ਜਦੋਂ ਇਹ ਸਤਿਗੁਰੂ ਜੇ ਤੁਸੀਂ ਜਦੋਂ ਆਪਣਾ ਬਣਾ ਲੈਂਦੇ ਹੋ ਨਾ, ਇਹਦੇ ਪਾਣੀ ਚੱਲਦੇ ਆ, ਇਹ ਸਤਿਗੁਰੂ ਕਰਦਾ ਪਛਾਣ ਸਤਿਗੁਰੂ ਨਾਨਕ ਦੇਵ ਜੀ ਦੀ, ਅਤੇ ਉਹਨਾਂ ਦੀ ਜਿੰਨੀਆਂ ਜੋਤਾਂ ਸਨ ਉਹਨਾਂ ਦੀ ਪਛਾਣ ਕਰਦਾ ਹੈਗਾ। ਉਹਨਾਂ ਦੀ ਜਿਹੜੀ ਬਾਣੀ ਹੈਗੀ ਫਿਰ ਉਹਦੇ ਸਮਝ ਪੈਂਦੀ ਹੈਗੀ, ਅਤੇ ਫਿਰ ਉਹ ਸੋਚ ਵਿਚਾਰ ਕੇ